अस्सलाम वालेकुम दोस्तों, की हाल चाल है। मैं थोड़ा वीर लिया तो देख रहे हो ट्रैक्टर्स एंड एग्रीकल्चर यूट्यूब चैनल एंड फेसबुक पेज। इस टाइम मैं मौजूद हूँ तहसील लियाकतपुर, ज़िला रहीम यार खान, न्यू डायमंड एग्रीकल्चर वर्कशॉप। खलील भाई अपने नाल मौजूद ने। सब तो पहले तो तुम दिखाने सत कोट का गो बैक बनाया उन्होंने, कसम वाले तो जा रहा जीवे पाकिस्तान जरी मॉडल फार्म कसम वाला। इस टाइम तकरीबन कोई 18 एकड़ की जिमींदार है इन्होंने को, प्लस इन्हों की सीड की कंपनी जीवे पाकिस्तान के नाम तो। खलील भाई नूं पुछदे हैं हाल हवाल। खलील भाई है जिहड़ा आपां बनाया वा पंज सत फला है गल पंज निकल गया मुझे सत फला, ये किन्ने दा तैयार होया वा और किहड़े फार्म ते जा रहे हो जी, तुसीं भी दस दिओ जरा। सर तैयार होया 2,20,000 रुपए का। 2,20,000 रुपए का, ठीक हो गया। तो ये किहड़े फार्म ते जा रहा जी? जीवे पाकिस्तान चौधरी जाहर साहब ने, ठीक हो गया। कसमला बंगला। अच्छा इस 4x4 ਦੇ ਪਿੱਛੇ ਨੂੰ ਇਸਤੇਮਾਲ ਕਰਨਾ। 4x4 ਦੇ ਵੈਸੇ ਸਾਦਾ 85 ਵੀ ਨੂੰ ਖਿੱਚ ਸਕਦਾ। ਹਾਂਜੀ ਹਾਂਜੀ, ਇਜ਼ੀਲੀ ਪੋਜੀਸ਼ਨ ਹੋ ਜਾਏ। ਅੱਛਾ ਖਲੀਲ ਭਾਈ ਨੂੰ ਅੱਜ ਐਨਜੀਟੀ ਵੀ ਉਹਨਾਂ ਦੇ ਕੋਲ ਆ, ਤੇ ਅੱਜ ਨਾ ਜ਼ਰਾ ਇੱਕ ਵਾਰੀ ਤਸੱਲੀ ਨਾਲ ਨਾ ਇਹਨਾਂ ਦੀਆਂ ਟੈਕਨੀਕਲੀ ਤਰੀਕੇ ਨਾਲ ਇਹਨਾਂ ਦੀ ਪਰਮਿਸ਼ਨਾਂ ਤੁਹਾਨੂੰ ਚੈੱਕ ਕਰਾਉਂਦੇ ਆ। ਖਲੀਲ ਭਾਈ ਦੀ ਪਰਮਿਸ਼ਨਾਂ ਸਾਨੂੰ ਦੱਸੋ ਪਹਿਲਾਂ ਤਾਂ ਨਾ। ਅਸਾਂ ਇਹਦਾ ਫਰੇਮ ਨਾ ਜੀ ਇਹ ਲਾ ਰਹੇ 14.5 ਇੰਚੀ ਦਾ, ਤਕਰੀਬਨ 15 ਇੰਚੀ ਬਣ ਜਾਂਦਾ ਹੈ। 15 ਇੰਚੀ ਤਿਆਰੀ ਹੋ ਜਾਂਦੀ ਤਕਰੀਬਨ ਇਹਦੀ 15 ਇੰਚੀ ਦਾ। ਮੋਟਾ ਕਿੰਨਾ ਥਲੋਂ ਥਲੋਂ ਜ਼ਰਾ ਦੇਖੋ। ਇਹ ਵੀ ਇਸ ਤਰ੍ਹਾਂ ਪਰਮਿਸ਼ ਹੈਗੀ ਜੀ 5.5 × 3 ਸੂਤਰ। 5 × 3 ਸੂਤਰ। ਅੱਛਾ ਫਲ ਫਾਲੇ ਤੋਂ ਫਾਲਾ ਵਾਇਆ ਕਿੰਨਾ ਇਹਦਾ? ਫਾਲੇ ਤੋਂ ਫਾਲਾ ਜਿਹੜਾ ਇਹਦਾ ਫਾਸਲਾ ਸੈਂਟਰ ਹੈਗਾ ਜੀ, ਉਹ ਅੰਦਰੋਂ ਅੰਦਰ ਕੋਟ ਹੈਗਾ ਜੀ 25 ਇੰਚੀ 25 ਇੰਚੀ। ਠੀਕ ਹੋ ਗਿਆ, ਠੀਕ ਹੈ ਨਾ ਜੀ। ਤੇ ਅਗਰ ਤੁਸੀਂ ਇਹਦਾ ਸੈਂਟਰ ਚੈੱਕ ਕਰੋਗੇ ਤੇ ਉਹ ਹੈਗਾ 26 ਇੰਚ 26 ਇੰਚੀ ਕੋਟ ਦਾ ਸੈਂਟਰ ਹੋ ਗਿਆ, ਠੀਕ ਹੈ ਨਾ ਜੀ। ਠੀਕ ਹੋ ਗਿਆ। ਕੋਟ ਦੀ ਮੋਟਾਈ ਹੈਗੀ ਆ 1.25 ਇੰਚੀ 1.25 ਇੰਚ ਮੋਟਾ। ਅੱਛਾ ਇਹ ਲੱਗ ਕਿੰਨਾ ਵਾ ਥੱਲੇ ਤੇ ਫਰੇਮ ਤੋਂ ਥੱਲੇ ਦੀ ਲੱਗ ਵੀ ਜ਼ਰਾ ਇਹਨਾਂ ਚੈੱਕ ਕਰਾ। ਇਹ ਦੋਸਤੋ ਇਹਦਾ ਲੱਗ ਚੁੰਝ ਤੋਂ ਫਰੇਮ ਤਿਕਰ ਪੂਰੇ 22 ਇੰਚ ਤੇ ਬੈਜੀ ਤੋਂ ਵੀ ਕੁਛ ਜ਼ਿਆਦਾ ਉੱਤੇ ਇਹਦਾ ਲੱਗ। ਬਾਕੀ ਇਨਸ਼ਾਅੱਲਾ ਤਾਲਾ ਦੀ ਵਰਕਿੰਗ ਵੀਡੀਓ ਇਹ, ਕਿਉਂਕਿ ਆਪਣੇ ਅਜ਼ੀਜ਼ ਹੀ ਇੱਥੇ ਜਾ ਰਿਹਾ ਵਾ, ਉਹਨਾਂ ਦੇ ਇਨਸ਼ਾਅੱਲਾ ਫਾਰਮ ਤੋਂ ਜਾਵਾਂਗੇ ਤੇ ਵਰਕਿੰਗ ਵੀਡੀਓ ਬਣਾਵਾਂਗੇ ਉਹ ਤੁਹਾਨੂੰ ਸ਼ੇਅਰ ਕਰਾਂਗੇ। ਅੱਛਾ ਖਲੀਲ ਭਾਈ ਜਿਹੜਾ ਰੂਟਾਵੇਟਰ ਤੁਸੀਂ ਤਿਆਰ ਕੀਤਾ ਵਾ, ਇਹ ਕਿੰਨੇ ਕਟਰ ਦਾ ਰੂਟਾਵੇਟਰ ਹੈ ਜੀ? ਇਹ ਕਟਰ 48 ਕਟਰ ਦਾ ਰੂਟਰ ਹੈ। ਠੀਕ ਹੋ ਗਿਆ। ਇਹਦੀ 9 ਫੁੱਟ ਲੰਬਾਈ ਹੈ, ਇਹ ਯਾਨੀ ਕਿ 78 ਕਟਰ ਦੇ ਰੂਟਰ ਦੀ ਪਰਮਿਸ਼ ਦੇ 48 ਕਟਰ ਲਵਾਏ ਪਰ ਲੈਣੇ ਤੇ ਇਹਨੂੰ ਇੱਕ ਪਲੇਟ ਨੂੰ 4 ਬਲੇਡ ਲੱਗੇ ਹੋਏ, ਇੱਕ ਪਲੇਟ ਨੂੰ 4 ਬਲੇਡ ਲੱਗੇ, ਪਲੇਟਾਂ ਛੋਟੀਆਂ ਕਰਕੇ ਲਵਾਇਆ ਉਹਨਾਂ ਨੇ। ਹਾਂਜੀ ਹਾਂਜੀ। ਇਹ ਜਿਹੜੇ ਮੇਰੇ ਪੜੂਏ ਚ ਲਵਾਏ ਕਦ ਲਈ ਲਵਾਏ ਆ? ਇਹ ਉਹਨਾਂ ਨੇ ਪਾਇਦਾਰ ਇਸਤੇਮਾਲ ਨਹੀਂ ਕਰ ਰਹੇ। ਠੀਕ ਹੋ ਗਿਆ। ਜਿਹਦੀ ਵਜ੍ਹਾ ਨਾਲ ਕਿ ਜੀ ਸਾਨੂੰ ਪਾਇਦਾ ਨਹੀਂ ਚਾਹੀਦਾ, ਸਾਨੂੰ ਵੀ ਲਾ ਦਿਓ, ਵੀ ਲਾ ਕੇ ਦਿਓ। ਇਹਦੇ ਪਿੱਛੇ ਉਹਨਾਂ ਨੇ ਮੇਰੇ ਖਿਆਲ ਪਲਾਂਟਰ ਲਾਣਾ ਵਾ ਰਾਇਆ ਬੀਜਣ ਵਾਸਤੇ। ਇਹ ਪੂਰੀ ਮੀਆਂ ਜੀ ਮਸ਼ਹੂਰ ਮਰੂਫ ਹਸਤੀ ਨੇ ਆਪਣੇ ਅਜ਼ਹਰ ਸਲੀਮ ਅਬਾਸੀ ਸਾਹਿਬ, ਇਹ ਉਹਨਾਂ ਦੇ ਫਾਰਮ ਤੇ ਜਾਣਾ ਵਾ। ਬਹੁਤ ਸ਼ੌਕੀਨ ਬੰਦੇ ਆ ਔਰ ਬੜੇ ਮਿਹਨਤੀ ਜ਼ਿਮੀਂਦਾਰ ਨੂੰ ਸਮਝਣ ਵਾਲੇ ਬੰਦੇ ਆ। ਇਹ ਉਹਨਾਂ ਦੇ ਫਾਰਮ ਤੇ ਜਾਣਾ, ਇਨਸ਼ਾਅੱਲਾ ਤਾਲਾ ਦੀ ਵੀਡੀਓ ਪਰਫਾਰਮੈਂਸ ਵੀਡੀਓ ਵੀ ਤੁਹਾਨੂੰ ਸ਼ੇਅਰ ਕਰਾਂਗੇ ਇੱਕ ਦਫਾ ਇਨਸ਼ਾਅੱਲਾ। ਅੱਛਾ ਖਲੀਲ ਭਾਈ ਇਹ ਕਿੰਨੇ 'ਚ ਤਿਆਰ ਹੋਇਆ ਜੀ? ਹੁਣ ਫਾਈਨਲ ਗੱਲ ਹਰ ਬੰਦੇ ਨੇ ਸਵਾਲ ਪੁੱਛਣਾ ਹੁੰਦਾ। 4,80,000 ਰੁਪਏ ਦਾ ਤਿਆਰ ਹੋਇਆ। 4,80,000 ਰੁਪਏ 'ਚ ਤਿਆਰ ਹੋਇਆ, ਠੀਕ ਹੋ ਗਿਆ। ਠੀਕ ਦੋਸਤੋ। ਅੱਛਾ ਦੋਸਤੋ ਇੱਧਰ ਇਹਨਾਂ ਦਾ ਇੱਕ 13 ਫਾਲਾ ਜਿਹੜਾ ਨਾ ਫਰੇਮ ਪਿਆ ਵਾ ਹਾਰਡ ਦੇ ਵਿੱਚ। ਖਲੀਲ ਭਾਈ ਕਿੰਨੇ 'ਚ ਤਿਆਰ ਹੋਇਆ ਇਹ? ਇਹ ਵੀ 2,20,000 ਰੁਪਏ ਦਾ, 2,20 ਦੇ ਵਿੱਚ। ਇਸ ਤੋਂ ਅੱਗੇ ਜਿਹੜਾ 11 ਫਾਲਾ ਪਿਆ ਵਾ, ਹਾਂਜੀ ਉਹ 2,10,000 ਰੁਪਏ ਦਾ, ਉਹ 2,10 ਦੇ ਵਿੱਚ ਤਿਆਰ ਹੋਇਆ ਤੇ ਬਗੈਰ ਫਾਲਿਆਂ ਤੋਂ ਰੇਟ ਆ ਕਲਟੀਵੇਟਰ ਦਾ ਨਾ। ਕਲਟੀਵੇਟਰ ਦੇ ਰੇਟ ਦੋਸਤੋ ਬਗੈਰ ਫਾਲਿਆਂ ਤੋਂ ਆ। ਅੱਛਾ ਦੋਸਤੋ ਇਹਦਾ 19 ਇੰਚ ਲੱਗਾ ਬਗੈਰ ਫਾਲੇ ਤੋਂ, ਤਕਰੀਬਨ ਫਾਲਾ ਪਾ ਕੇ ਕਿੰਨਾ ਕੁ ਵੱਜੇਗਾ? ਤਕਰੀਬਨ ਫਾਲਾ 3 ਇੰਚ, ਯਾਨੀ ਕਿ ਅਗਰ ਇਹ ਫਾਲਾ ਪਾ ਕੇ ਦੀ ਪਰਮਿਸ਼ ਕਰਦੇ ਆ ਤਕਰੀਬਨ 21 ਬਾਈ ਇੰਚ ਦੀ ਪਰਮਿਸ਼ ਹੋ ਜਾਏਗੀ, ਹੋ ਜਾਏਗੀ। ਠੀਕ ਹੋ ਗਿਆ। 4 ਇੰਚੀ ਬਾਈ 4 ਇੰਚ, 4x4 ਦਾ ਇਹਨੂੰ ਫਰੇਮ ਲੱਗਾ ਹੋਇਆ, 9 mm ਦਾ, 9 mm ਮੋਟਾ। ਅੱਛਾ ਇਹ ਕਿੱਦਾਂ ਹੁੰਦਾ, ਵੈਲਡ ਕਰਕੇ ਬਣਾਉਣੇ ਆ ਫਰੇਮ, ਕਿੱਦਾਂ ਬਣਾਉਣੇ? ਕਿੱਦਾਂ ਪੈਪ ਬਲੈਤੀ ਆਉਂਦਾ? ਅੱਛਾ ਪੈਪ ਵਾਰ ਬਲੈਤੀ ਆਉਂਦਾ ਵਾ, ਉਹੀ ਇਸਤੇਮਾਲ ਕਰਦੇ ਤੇ ਜੇ ਅਗਰ ਅਵੇਲੇਬਲ ਨਾ ਹੋਵੇ। ਅੱਛਾ ਅਗਰ ਪੈਪ ਮੌਜੂਦ ਨਾ ਹੋਵੇ ਤੇ ਫਿਰ 4x4 ਦਾ ਐਂਗਲ ਇਸਤੇਮਾਲ ਕਰਦੇ ਆ। ਤੇ ਐਂਡ 'ਚ ਖਲੀਲ ਭਾਈ ਆਪਣਾ ਇੱਕ ਦਫਾ ਵਟਸਐਪ ਨੰਬਰ ਦੁਬਾਰਾ ਦੁਹਰਾ ਦਿਓ। ਖਲੀਲੋ ਰਹਿਮਾਨ ਮੇਰਾ ਨਾਮ ਹੈ ਜੀ ਜੀ, ਠੀਕ ਹੈ ਜੀ। 0367632614, 0367632614 ਮਾਈਕ ਦੋਸਤੋ ਅੱਜ ਹੈ ਨਹੀਂ ਸੀ, ਕਿਤੇ ਰੱਖ ਕੇ ਭੁੱਲ ਗਏ, ਦੇਖਦੇ ਉਹਨਾਂ ਨੂੰ ਵੀ। ਵਟਸਐਪ ਨੰਬਰ ਵੀ ਇਹੀ ਆ, ਠੀਕ ਹੋ ਗਿਆ। ਇਹ ਵਟਸਐਪ ਨੰਬਰ ਵੀ ਖਲੀਲ ਭਾਈ ਦਾ ਤੇ ਜੀ, ਇਹ ਇਹਨਾਂ ਦਾ ਜਿਹੜਾ ਹੈ ਫੈਕਟਰੀ ਦਾ ਨੰਬਰ ਵੀ ਇਹਨਾਂ ਦਾ ਇਹੀ ਆ। ਠੀਕ ਹੈ ਦੋਸਤੋ, ਇਜਾਜ਼ਤ ਹਾਫਿਜ਼।